ਅਸੀਂ ਪਿੱਛੇ ਹਟ ਜਾਓ। ਅਸੀਂ ਕਿਹਾ ਸੀ ਵੀ ਪ੍ਰੋਗਰਾਮ ਰੱਖਣਾ ਹੈ ਵੀ ਇਹ ਜਿਹੜਾ ਆਉਣ ਵਾਲੀ ਭਿਆਨਕ ਬਿਮਾਰੀ ਸੰਸਾਰ ਦੀ ਖਤਮ ਹੋ ਜਾਏ। ਸਾਨੂੰ ਆਗਿਆ ਨਹੀਂ ਮਿਲੀ ਵੀ ਤੁਸੀਂ ਨਹੀਂ ਇਹ ਸਮਾਗਮ ਕਰਨਾ, ਉਹਨਾਂ ਦੀ ਰਜਾ ਨਿਰੰਕਾਰ ਦੀ। ਤੇ ਪਾਪਾਂ ਦਾ ਫਲ ਮਿਲਣਾ ਹੀ ਮਿਲਣਾ ਜਿਹਨਾਂ ਨੂੰ ਮਿਲਣਾ ਹੈ, ਉਹ ਕੋਈ ਰੋਕਿਆ ਨਹੀਂ ਜਾ ਸਕਦਾ। ਜਿਹੜੇ ਇੰਨੇ ਇੰਨੇ ਜੀਵਾਂ ਦੀ ਹੱਤਿਆ ਕਰਦੇ ਆ, ਮਾਰਦੇ ਆ, ਗੁਰੂ ਸਾਹਿਬ ਨੇ ਕਿਹਾ ਸੀ ਵੀ ਇੱਥੇ ਹੁਣ ਕਹਿਰ ਜ਼ਹਿਰ ਵਰਤੇਗਾ ਲਾਹੌਰ 'ਚ, ਕਿ ਲਾਹੌਰ ਵਾਲੇ ਹਟ ਨਹੀਂ ਰਹੇ, ਇੰਨਾ ਕਸਾਈ ਪੁਣਾ ਕਰਦੇ ਆ, ਇੰਨੇ ਜਾਨਵਰ ਪਸ਼ੂ ਵੱਢਦੇ ਆ, ਤੇ ਗੁਰੂ ਸਾਹਿਬ ਸ਼ਰਾਪ ਦੇ ਗਏ। ਹੁਣ ਗੁਰੂ ਸਾਹਿਬ ਨੇ ਤਾਂ ਸ਼ਰਾਪ ਧੋਤੇ ਲੋਕਾਂ ਦੇ, ਉਹਨਾਂ ਨੂੰ ਕਿਉਂ ਕਹਿ ਗਏ ਵੀ ਲਾਹੌਰ ਸ਼ਹਿਰ ਕਹਿਰ ਜ਼ਹਿਰ ਸਵਾ ਪੈਰ। ਕੰਮ ਇਹੋ ਜਿਹੇ ਕਰਾਂਗੇ, ਚਾਹੇ ਹੋਵੇ ਹਿੰਦੁਸਤਾਨ ਚਾਹੇ ਕੋਈ ਵੀ। ਅਸੀਂ ਕਿਹਾ ਸੀ ਵੀ ਪ੍ਰੋਗਰਾਮ ਆਪਾਂ ਸਾਰੇ ਸਕੂਲ ਆਵੋ, ਸਾਰੀਆਂ ਸੰਗਤਾਂ ਆਪਾਂ ਰੱਖੀਏ ਜਪ ਤਪ ਦੋ ਦਿਨ ਦਾ, ਗੁਰੂ ਸਾਹਿਬ ਨੇ ਆਗਿਆ ਨਹੀਂ ਦਿੱਤੀ। ਉਹਨਾਂ ਨੇ ਕਿਹਾ ਭਾਈ ਇਹਨਾਂ ਨਾਲ ਜੋ ਹੋਣਾ ਹੋਣਾ ਹੀ, ਤੁਸੀਂ ਆਪਣਾ ਭਜਨ ਕਰੋ, ਆਪਣਾ ਨਾਮ ਜਪੋ, ਆਪਦੀ ਆਨੰਦ ਲਈ ਜਾਓ, ਆਪਾਂ ਰਹਿਣ ਸਬਾਈਆਂ ਕੀਰਤਨ ਸੁਖਮਨੀ ਸਾਹਿਬ ਦੇ ਅੰਮ੍ਰਿਤ ਵੇਲੇ ਦੇ ਪਾਠ, ਸਵੇਰ ਸ਼ਾਮ ਦੇ ਨਿਤਨੇਮ ਸੇਵਾ ਸਿਮਰਨ ਆਪਾਂ ਚਲਾਈ ਜਾਂਦੇ ਹਾਂ। ਅਤੇ ਇਹ ਪੰਕਤੀ ਪਹਿਲੀ ਮੈਂ ਬੋਲੀ ਸਕੂਲ ਵਾਲਿਆਂ ਨੂੰ ਵੀ ਅਸੀਂ ਕਿਹਾ ਸੀ ਵੀ ਗੁਰਸਿੱਖੀ ਦੇ ਸਕੂਲ ਬਣਾਵਾਂਗੇ ਅਤੇ ਫਰੀ ਪੜ੍ਹਾਈ ਦਿਆਂਗੇ ਇਹਨਾਂ ਨੂੰ, ਲੱਖਾਂ ਕਰੋੜਾਂ ਰੁਪਇਆ ਖਰਚਾ ਅਸੀਂ ਸਾਰਾ ਇੱਧਰ ਹੀ ਕਰ ਦਿਆਂਗੇ। ਤੁਹਾਨੂੰ ਪਤਾ ਕਿ ਜਦੋਂ ਦੇ ਸਕੂਲ ਸ਼ੁਰੂ ਕੀਤੇ ਆ ਨਾ, ਉਦੋਂ ਦੇ ਸਾਡੇ ਆ ਮਹਿਲ ਸਾਰੇ ਸੋਨੇ ਚਾਂਦੀ ਦੇ, ਕੰਮ ਉੱਥੇ ਥੋੜ੍ਹੀ ਜਿਹੀ ਸਪੀਡ ਘੱਟ ਗਈ ਰੁਕ ਗਏ ਆ, ਉਹ ਅਸੀਂ ਬੱਚਿਆਂ ਦੀ ਲਾਈ ਜਾਂਦੇ ਸਾਰਾ ਕੁਝ ਵੀ ਇਹਨਾਂ ਨੂੰ ਇਹ ਗੁਰਸਿੱਖ ਬਣ ਕੇ ਹੰਸ ਬਣ ਕੇ ਨਾਮ ਜਪਣਗੇ। ਹੁਣ ਅਸੀਂ ਕਹਿੰਦੇ ਹਾਂ ਵੀ ਸੰਗਤ 'ਚ ਆਓ ਅਤੇ ਸਾਰੇ ਟੀਚਰ ਸਾਰੇ ਲੁਕਦੇ ਆ, ਬੱਚੇ ਵੀ ਸਾਰੇ ਜਵਾਬ ਦਿੰਦੇ। ਮੈਂ ਕਿਹਾ ਹੁਣ ਫਿਰ ਆਪਾਂ ਫੀਸ ਸ਼ੁਰੂ ਕਰ ਦਿੰਦੇ, ਸਾਨੂੰ ਵੀ ਵਾਹਵਾ ਮਾਇਆ ਆ ਜਾਏਗੀ, ਫਿਰ ਅਸੀਂ ਹੋਰ ਸੇਵਾ ਤੋਰ ਲਾਂਗੇ ਇਹਨਾਂ ਦੀ। ਮੈਂ ਕਿਹਾ ਸਕੂਲਾਂ 'ਚ ਫੀਸ ਲਾ ਦਿਓ ਬੱਚਿਆਂ ਦੀ, ਅਤੇ ਸਰਕਾਰ ਵੱਲੋਂ ਹੈਗਾ ਵੀ ਭਾਈ ਲਾਓ ਫੀਸ, ਪੜ੍ਹਾਓ ਬੱਚੇ। ਜਿਨ੍ਹਾਂ ਦਾ ਅਸੀਂ ਲੱਖ ਲੱਖ ਰੁਪਇਆ ਬਚਾਉਣੇ ਆ, ਅਤੇ ਅਸੀਂ ਹੁਣ ਲੱਖ ਰੁਪਇਆ ਲੈ ਲਾਂਗੇ ਇੱਕ ਬੱਚੇ ਤੋਂ, ਇਹ ਟੀਚਰ ਸਾਰੇ ਬੱਚੇ ਇਸ ਚੀਜ਼ ਦੇ ਚੋਰ ਨੇ, ਬਹੁਤ ਥੋੜ੍ਹੇ ਆ ਜਿਹੜੇ ਆਉਂਦੇ, ਬਾਕੀ ਸਾਰੇ ਮੂੰਛ ਪਾਉਂਦੇ ਆ, ਲੁਕਦੇ ਆ ਵੀ ਸਾਨੂੰ ਬਾਬਿਆਂ ਨੇ ਬੁਲਾ ਲਿਆ ਹੈ, ਇਹ ਵਹਿਣਾ ਵਾਲੇ ਬੜੀ ਬੜੀ ਕਮਾਈ ਕਰਦੇ ਆ, ਵੀ ਸਾਰੇ ਚੋਰ ਨੇ ਲੁਕਦੇ ਆ, ਵੀ ਸਾਨੂੰ ਇੱਧਰ ਨਾ ਵਹਿਣ ਜਾਣੀ ਪਏ। ਜਿੱਧਰ ਪੈਸੇ ਬਣਦੇ ਆ, ਜੇ ਅਸੀਂ ਸਕੂਲ ਬਣਾ ਲਏ ਤਾਂ ਵਹਿਣਾ ਵੀ ਚਲਾ ਦਿਆਂਗੇ। ਸਾਡਾ ਤਾਂ ਕੰਮ ਹੈ ਬੜ ਹੰਸ ਤਾਂ ਮੈਂ ਕੀ ਆ ਸੰਗ, ਇਹਨਾਂ ਨੂੰ ਕਿਹਾ ਸੀ ਇੱਥੇ ਸੇਵੇਂ ਭਾਈ ਸਾਰੇ ਆਓ, ਪ੍ਰੋਗਰਾਮ ਰੱਖਿਆ ਹੈ, ਨਾ ਕੋਈ ਟੀਚਰ ਨਾ ਕੋਈ ਬੱਚੇ, ਦਸ ਦਿਨ ਲੰਘ ਗਏ, ਦਸਾਂ ਦਿਨਾਂ ਬਾਅਦ ਆਰਡਰ ਕਰਦੇ ਵੀ ਭਾਈ ਪੇਪਰ ਨਹੀਂ ਲੈਣੇ। ਜਿਹੜੇ ਬੱਚੇ ਮਾਂ ਬਾਪ ਨਹੀਂ ਹਾਜ਼ਰੀ ਭਰਦੇ ਉਹਨਾਂ ਦੇ, ਆਪਾਂ ਬੱਚਿਆਂ ਦੇ ਪੇਪਰ ਹੀ ਨਹੀਂ ਲੈਣੇ। ਇਹਨਾਂ ਨੇ ਜਵਾਬ ਦਿੱਤਾ ਵੀ ਨਹੀਂ ਪੇਪਰ ਲੈਣੇ, ਅਸੀਂ ਮਾਂ ਬਾਪ ਭੱਜੇ ਆਏ। ਇਹ ਤਾਂ ਅਸੀਂ ਕੀਤਾ ਹੈ ਕਿ ਇਹ ਭਾਈ ਗੁਰਸਿੱਖ ਬਣਨ, ਗੁਰੂ ਦੇ ਨਾਲ ਜੁੜਨ, ਫਿਰ ਇਹ ਸਕੂਲ ਸ਼ੁਰੂ ਕੀਤੇ ਵੀ ਸਾਰੇ ਗੁਰਸਿੱਖੀ ਦੇ ਨਾਲ ਜੁੜਨ, ਗੁਰੂ ਦੇ ਨਾਲ ਜੁੜਨ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀ ਆ ਸੰਗ, ਜੇ ਸਾਨੂੰ ਪਤਾ ਹੁੰਦਾ ਵੀ ਇਹਨਾਂ ਨੇ ਤਾਂ ਉਹੋ ਹੀ ਕੰਮ ਕਰਨੇ ਆ ਵੀ ਅਸੀਂ 12 ਜਮਾਤਾਂ ਇਹਨਾਂ ਸਕੂਲ 'ਚ ਪੜ੍ਹਾ ਦੀਆਂ ਅਤੇ ਕੁੜੀਆਂ ਨੇ ਚੁੰਨੀਆਂ ਵੀ ਲੈਣੀਆਂ ਨੇ ਅਤੇ ਇਹਨਾਂ ਨੇ ਦੂਜਾ ਸਿੱਖੀ ਵਾਲਾ ਲਿਬਾਸ ਵੀ ਪਾਉਣਾ ਹੈ, ਮਾੜਾ ਜਿਹਾ ਇਹਨਾਂ ਬਾਹਰ ਹੋਣਾ ਅਤੇ ਇਹਨਾਂ ਨੇ ਚੁੰਨੀਆਂ ਚੁੰਨੀਆਂ ਲਾ ਕੇ ਸਿੱਟ ਦੇਣੀਆਂ, ਲਿਬਾਸ ਲਾ ਕੇ ਉਹ ਹੀ ਅੱਧਾ ਨੰਗਾ ਸਰੀਰ ਕੱਪੜੇ ਪਾ ਲੈਣੇ। ਇਹਨਾਂ ਨੇ ਐਵੇਂ ਕਰਨਾ ਕਈਆਂ ਨੇ, ਕਿਸੇ ਕੋਈ ਬਿਰਲੀ ਗੁਰਸਿੱਖ ਬੀਬੀ ਹੋਏਗੀ ਜਿਹੜੀ ਕਹੇਗੀ ਮੈਂ ਗੁਰਸਿੱਖੀ ਦਾ ਸਰੂਪ ਰੱਖਣ, ਨਹੀਂ ਤਾਂ ਸਕੂਲ ਤੋਂ ਨਿਕਲਦਿਆਂ ਜਿਵੇਂ ਮੁਸਲਮਾਨਾਂ ਨੇ ਕਿਹਾ ਵੀ ਸਾਡੀਆਂ ਬੱਚੀਆਂ ਕਿਸੇ ਪਾਸੇ ਵੇਖਣਗੀਆਂ ਨਹੀਂ, ਕੋਈ ਇਹਨਾਂ ਨੂੰ ਵੇਖੇਗਾ ਨਹੀਂ, ਬੁਰਕੇ 'ਚ ਰਹਿਣਗੀਆਂ।
ਸਾਰੇ ਕਾਲਜਾਂ ਸਕੂਲਾਂ ਚ ਨਾ ਉਹ ਪੈਂਟ ਸ਼ਰਟ ਪਾ ਲੈਂਦੀਆਂ ਮੁਸਲਮਾਨਾਂ ਦੀਆਂ ਲੜਕੀਆਂ ਆਪਦੇ ਬੈਗ ਚ, ਘਰੋਂ ਤਾਂ ਜਾਂਦੀਆਂ ਬੁਰਕਾ ਪਾ ਕੇ ਤੇ ਕਾਲਜ ਵਿੱਚ ਜਾ ਕੇ ਬੁਰਕਾ ਲਾ ਕੇ ਸਿੱਟ ਦਿੰਦੀਆਂ ਤੇ ਪੈਂਟਾਂ ਸ਼ਰਟਾਂ ਪਾ ਕੇ ਘੁੰਮਦੀਆਂ। ਇਹ ਧਰਮ ਜਿਹੜੇ ਨੇ ਇਹੋ ਜਿਹੇ ਨਹੀਂ ਚੱਲਦੇ, ਇਹ ਪਿਆਰ ਪੈਦਾ ਕਰਨ ਵਾਸਤੇ ਆ। ਧਰਮ ਦਾ ਪਹਿਰਾਵਾ ਤੁਹਾਡੇ ਅੰਦਰ ਧਰਮ ਪੈਦਾ ਕਰਨ ਵਾਸਤੇ ਆ, ਧਰਮ ਦੀ ਪੜ੍ਹਾਈ ਤੁਹਾਡੇ ਅੰਦਰ ਪੜ੍ਹਾਈ ਸ਼ੁਰੂ ਕਰਨ। ਜੇ ਅੰਦਰ ਸਾਨੂੰ ਰੰਗ ਨਾ ਲੱਗੀ ਪਾਰ ਬ੍ਰਹਮ ਤੇ ਫਿਰ ਤਾਂ ਕਹਿੰਦੇ ਪੱਕਾ ਤੂੰ ਨਰਕਾ ਜੀ ਜਾਣਾ, ਭਾਵੇਂ ਤੂੰ ਪੋਥੀਆਂ ਪੜ੍ਹ ਲਾ, ਭਾਵੇਂ ਤੂੰ ਪਾਠ ਕਰ ਲਾ, ਭਾਵੇਂ ਵੇਦ ਪੜ੍ਹ ਲਾ, ਭਾਵੇਂ ਕਿੰਨੇ ਗੁਰਦੁਆਰੇ ਬਣਾਈ ਜਾ, ਜੋ ਕੁਝ ਚੰਗੇ ਕੰਮ ਕਰੀ ਜਾ, ਪਰ ਤੇਰੇ ਤੇ ਰੰਗ ਨਹੀਂ ਚੜਿਆ। ਜੇ ਤੇਰੇ ਤੇ ਰੰਗ ਨਹੀਂ ਚੜਿਆ, ਸਾਰਾ ਦਿਨ ਸੇਵਾ ਕਰ ਕਰਕੇ, ਸਾਰਾ ਦਿਨ ਆਪਣੇ ਭੇਖ ਧਾਰ ਧਾਰ ਕੇ ਬਾਣੀ ਪੜ੍ਹ ਪੜ੍ਹ ਕੇ ਤੇਰੇ ਤੇ ਰੰਗ ਹੀ ਨਹੀਂ ਚੜਿਆ, ਤੇ ਫਿਰ ਤਾਂ ਭਾਈ ਤੂੰ ਪੱਕਾ ਨਰਕਾਂ ਜੀ ਜਾਣਾ। ਰੰਗ ਨਾ ਲੱਗੇ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਏ, ਜਿਹਦੇ ਤੇ ਰੰਗ ਨਹੀਂ ਚੜਦਾ। ਇਹਨਾਂ ਨੂੰ ਸਾਰੇ ਆਪਾਂ ਪ੍ਰੋਗਰਾਮ ਅੱਜ ਦਾ ਹੀ, ਫਿਰ ਅਸੀਂ ਕਿਹਾ ਕੱਲ ਦਾ ਕੈਂਸਲ ਕਰੋ। ਗੁਰੂ ਸਾਹਿਬ ਜਿਵੇਂ ਕੱਲ ਦਾ ਪ੍ਰੋਗਰਾਮ ਆਉਣ ਵਾਲੀ ਰਾਤ ਦਾ ਕਰਨਗੇ ਫਿਰ ਉਸ ਤਰੀਕੇ ਹੋਏਗਾ, ਪਰ ਇੱਧਰ ਦਿਸ ਰਿਹਾ ਸਾਨੂੰ ਕਿ ਨਾ ਤਾਂ ਬੱਚੇ ਅਤੇ ਨਾ ਸਟਾਫ ਜਿਹੜੇ ਰੱਖੇ ਨੇ ਉਹਨਾਂ ਨੂੰ ਵੀ ਕੋਈ ਇੰਨਾ ਪ੍ਰੇਮ ਨਹੀਂ, ਉਹਨਾਂ ਨੂੰ ਵੀ ਸਾਨੂੰ ਤਨਖਾਹ ਵੱਧ ਤੋਂ ਵੱਧ ਮਿਲੀ ਜਾਵੇ। ਅਤੇ ਅਸੀਂ ਭਾਈ ਤੁਹਾਨੂੰ ਤਨਖਾਹਾਂ ਦੇ ਪ੍ਰਬੰਧ ਤਾਂ ਕੀਤੇ ਆ ਕਿ ਤੁਸੀਂ ਗੁਰਸਿੱਖੀ ਮਾਰਗ 'ਤੇ ਚੱਲੋਗੇ। ਵਿਹਲੀਆਂ ਕੁੜੀਆਂ ਘਰਾਂ 'ਚ ਫਿਰਦੀਆਂ ਹੈ, ਚਲੋ ਦਸ ਦਸ ਬਾਰਾਂ ਬਾਰਾਂ ਪੰਦਰਾਂ ਵੀਹ ਹਜ਼ਾਰ ਲਈ ਜਾਣਗੀਆਂ ਅਤੇ ਗੁਰਸਿੱਖੀ ਮਾਰਗ 'ਤੇ ਸਾਡੇ ਚੱਲਣਗੀਆਂ। ਤਾਂ ਤੁਹਾਨੂੰ ਸਕੂਲ ਬਣਾ ਕੇ ਇਹਨਾਂ 'ਚ ਕੰਮ ਦਿੱਤਾ ਹੈ, ਬੱਚਿਆਂ ਨੂੰ ਅਸੀਂ ਫ੍ਰੀ ਪੜ੍ਹਾ ਰਹੇ ਹਾਂ। ਇਸ ਕਰਕੇ ਵੀ ਇਹ ਗੁਰਸਿੱਖੀ ਮਾਰਗ 'ਤੇ ਗੁਰਧਰਮ ਦੀ ਗੱਲ ਇਹਨਾਂ ਦੇ ਮਾਂ ਬਾਪ 'ਤੇ ਆਣ ਕੇ ਬੈਠ ਕੇ ਕਰਨਗੇ। ਅਤੇ ਜੇ ਇਹੀ ਰਿਹਾ ਤਾਂ ਫਿਰ ਤਾਂ ਭਾਈ ਕੁਝ ਸਾਨੂੰ ਕਰਨਾ ਪਏਗਾ, ਕੋਈ ਨਾ ਕੋਈ ਸੋਚਣਾ ਪਏਗਾ। ਇਸ ਕਰਕੇ ਸਾਡਾ ਤਾਂ ਮਕਸਦ ਹੈਗਾ ਸਾਰਿਆਂ ਨੂੰ ਗੁਰੂ ਨਾਲ ਜੋੜਨ ਵਾਸਤੇ। ਜੇ ਜਾਣਾ ਬਗ ਬੱਪੜਾ, ਜੇ ਸਾਨੂੰ ਪਤਾ ਹੁੰਦਾ ਵੀ ਇਹ ਤਾਂ ਬਗੜੇ ਹੀ ਨੇ ਅਤੇ ਅਸੀਂ ਕਿਉਂ ਉਹਨਾਂ ਦਾ ਮੱਥਾ ਮਾਰਨਾ ਸੀ, ਕਿਉਂ ਅਸੀਂ ਇਸ ਪਾਸੇ ਜੁੜਨਾ ਸੀ। ਇਹ ਜ਼ਮੀਨਾਂ ਵੀ ਲਾ ਕੇ, ਬਿਲਡਿੰਗਾਂ ਵੀ ਬਣਾ ਕੇ, ਕੋਈ ਇੰਨੇ ਖਰਚੇ ਕਰਕੇ ਆਸ ਰੱਖਦਾ ਹੁਣ ਮੇਰੇ ਕੋਲ ਆਏਗਾ, ਅਤੇ ਸਾਨੂੰ ਪਤਾ ਕੀ, ਸਾਨੂੰ ਤਾਂ ਹੋਰ ਕਰਨਾ ਪੈਂਦਾ ਫਿਰ ਅੱਗੇ, ਆਸ ਨਹੀਂ ਸਕੂਲ ਵਾਲਿਆਂ ਨੂੰ ਵੀ ਪਤਾ ਹੈ। ਗੁਰੂ ਸਾਹਿਬ ਨੇ ਕਿਹਾ ਸਾਰੇ ਕੰਮ ਨਿਰਾਸ਼ਾ ਦੇ ਕਰ। ਸਾਡੇ ਜਿਹੜੇ ਮਹਾਂਪੁਰਸ਼ ਸੀ, ਗੁਰੂ ਪੀਰ ਮੁਰਸ਼ਦ ਸੀ, ਬੜੇ ਹੀ ਰੱਬ ਦੇ ਬੰਦੇ ਸੀ, ਬੜੇ ਰੱਬ ਦਾ ਰੂਪ। ਬਾਬਾ ਕੁੰਦਨ ਸਿੰਘ ਜੀ, ਬਾਬਾ ਖੇਰ ਸਿੰਘ ਜੀ, ਉਹਨਾਂ ਦੇ ਵਿੱਚ ਕੋਈ ਮੋਹ ਮਾਇਆ ਸੀ, ਉਹ ਤਾਂ ਤਿਆਗੀ ਵਿਰਾਗੀ ਸਾਧੂ ਸੀ। ਆਈ ਮੌਜ ਫਕੀਰ ਦੀ, ਦਿੱਤਾ ਝੌਂਪੜਾ ਫੂਕ, ਉਹਨਾਂ ਨੂੰ ਕੋਈ ਮੋਹ ਮਾਇਆ ਨਹੀਂ ਸੀ, ਕੋਈ ਪ੍ਰੇਮ ਨਹੀਂ ਸੀ। ਮਾਇਆ ਨੂੰ ਠੁੱਡਾ ਮਾਰਦੇ ਸੀ ਮਹਾਂਪੁਰਖ, ਲੈ ਜਾ ਭਾਈ ਚੱਕੇ, ਅਸੀਂ ਕੀ ਲੈਣੀ। ਕਿਸੇ ਭੈਣ ਭਰਾ ਦੇ ਵੱਲ ਉਹਨਾਂ ਵੇਖਿਆ ਨਹੀਂ। ਬਾਬਾ ਕੁੰਦਨ ਸਿੰਘ ਜੀ 11 ਸਾਲ ਤੋਂ ਘਰੇ ਨਿਕਲੇ ਅਤੇ ਕਿਸੇ ਭੈਣ ਭਾਈ ਨਾਲ ਕੋਈ ਮੋਹ ਮਾਇਆ ਨਹੀਂ। ਬਾਬਾ ਖੇਮ ਸਿੰਘ ਜੀ ਮਹਾਰਾਜ ਛੋਟੀ ਉਮਰੇ ਘਰੋਂ ਨਿਕਲ ਆਏ, ਕੋਈ ਭੈਣ ਭਾਈ ਭਰਾ ਇੱਕ ਆ ਗਿਆ ਮਦਦ ਕਰੋ, ਇੰਜ ਕਰੋ, ਵੋ ਕਰੋ, ਬਾਬਾ ਜੀ ਕੀ ਧੱਕੇ ਮਾਰ ਮਾਰ ਕੇ ਗੇਟੋਂ ਬਾਹਰ ਕੱਢ ਆਏ। ਸਾਡੇ ਤਾਂ ਭੈਣ ਭਾਈ ਆ ਨੇ ਜਿਹੜੇ ਭਾਈ ਇੱਥੇ ਆਉਂਦੇ ਪਾਠ ਕਰਦੇ ਸਾਰਾ ਸਾਰਾ ਦਿਨ ਪਹਿਰਾ ਦਿੰਦੇ। ਤੂੰ ਪਿੰਡੋਂ ਉੱਠ ਕੇ ਆ ਗਿਆ ਵੀ ਮੇਰਾ ਬਾਬਾ ਖੇਮ ਸਿੰਘ ਭਰਾ ਹੈ ਅਤੇ ਮੈਨੂੰ ਇੰਜ ਆਪਦਾ ਹਿੱਸਾ ਜ਼ਮੀਨ ਦਾ ਦੇ ਦੇਗਾ, ਮੈਨੂੰ ਘਰ ਵਾਲੀ ਥਾਂ ਦੇ ਦੇਗਾ, ਤੂੰ ਆ ਗਿਆ। ਕਹਿਣ ਲੱਗੇ ਨਿਕਲ ਸਾਡੇ ਗੇਟੋਂ ਬਾਹਰ, ਇੱਥੋਂ ਧੱਕੇ ਮਾਰਦੇ ਆਪਦੇ ਭਰਾ ਨੂੰ ਗੇਟ 'ਤੇ ਲੈ ਗਏ। ਚੱਲ ਭਾਈ, ਤੂੰ ਸਾਡਾ ਭਾਈ ਕਰ, ਤੂੰ ਤਾਂ ਸਾਨੂੰ ਰੋਕਦਾ ਸੀ, ਇਸ ਪਾਸੇ ਆਉਣ ਤੋਂ ਰੋਕਦਾ ਸੀ। ਇੱਕ ਦੂਜਾ ਭਾਈ ਆਇਆ ਬੰਤਾ ਸਿੰਘ, ਬਾਬਾ ਜੀ ਨੇ ਆਪਦਾ ਹਿੱਸਾ ਉਹਨੂੰ ਕਹਿੰਦਾ ਵੀ ਜੀ ਸਾਡਾ ਹਿੱਸਾ ਇਹਨੂੰ ਦੇ ਦਿਓ, ਲਿਖ ਕੇ ਦੇ ਤਾ। ਕਹਿੰਦੇ ਇਹ ਸਾਨੂੰ ਜੋੜਦਾ ਸੀ ਬਾਬਾ ਜੀ ਵਾਲੇ ਪਾਸੇ, ਇਹ ਸਾਡੀ ਮਦਦ ਕਰਦਾ ਸੀ, ਇਹਨੇ ਸਾਨੂੰ ਗੁਰੂ ਵਾਲੇ ਪਾਸੇ ਜਾਇਆ ਸੀ, ਇਹ ਸਾਡਾ ਭਾਈ। ਜਿਸ ਭਾਈ ਨੇ ਸਾਨੂੰ ਗੁਰੂ ਦੇ ਮਾਰਗ 'ਚ ਪੂਰੀ ਸਹਾਇਤਾ ਦਿੱਤੀ ਹੈ ਨਾ, ਅਸੀਂ ਇਸ ਭਾਈ ਦੀ ਮਦਦ ਕਰਾਂਗੇ, ਇਹ ਸਾਡਾ ਭਾਈ। ਭਾਈ ਉਹ ਹੈ ਜਿਹੜਾ ਭਾਈ ਗੁਰੂ ਨਾਲ ਜੋੜਦਾ ਹੈ, ਭਾਈ ਉਹ ਨਹੀਂ ਜਿਹੜਾ ਗੁਰੂ ਨਾਲ ਤੋੜਦਾ ਹੈ।
उन्होंने कहा भी साडा धर्म है, असी अपने धर्म थे खड़ के साडा फिर कोई नहीं अगे। अर्जुन पांडव जो खड़े ना लड़न वास्ते ते सामने देखिया भी साडा गुरु भी है दुर्नाचारी, साडे वड्डे बजुर्ग पितामा भीष्म पितामा जी भी सामने, असी इन्हां नूं किवें तीर मारांगे, इन्हां नाल किवें लड़ांगे। करन वर्गे धर्मी पुरश जिन्हां ने दान ही दान किया, वह ने बड़े बड़े धर्मात्मा अगे खड़े उन्होंने नाल कौरवों के नाल सारे, ते अर्जुन के जेडे तीर कमान दे तीर थले डिग पे, हाथ विचों तीर थले डिग पे। कमान मैं नहीं चला सकता इन्हों बजुर्गों के, मेरे गुरु ने मेरे बड़े बड़े बजुर्ग ने सारे, इन्हों से चलावा मैं। कहते इन्हें इन्ना पाप किया कौरवों ने, भगवान कृष्ण कहते पता है तेन किन्ने तुहानू तुसीं इह दित्ते, किन्ने दुख किन्ना कढ़िया, की हाल द्रौपदी का किया, अज इन्हों का एहसास दे रहे ने। इत्थे कोई संसार च किसी का कोई नहीं, वो थले डिगे हुए तीर भगवान कृष्ण ने अर्जुन के हाथ पड़ा दे, सूरमा बन सारा उन्होंने फिर ज्ञान दिता भी इसे तरह ही होना है। ते फिर उन्होंने ये सारे युद्ध किए लड़े भी, इस करके युद्ध की लड़ाई जी धर्म की धर्म के होंगी है, भावें सामने प्यो आ जाए कोई आ जाए, जड़ा धर्मी है इधर इधर पुत्र धर्मी है राम राम जपन आला, बाप राक्ष ओनू बड़े तसीहे दे रहा, तत्तियां थम्मां दे नाल ला रहा है, भगत नूं दुखी कर रहा, ते भगवान प्रगट होके पुत्र दे सामने ओनू पाड़िया है, नौवां दे नाल हाथ सरीर ते चक लिया, उसकी पूरी दुर्दशा की, हरनाकश दुष्टर मारिया, प्रहलाद राया हंकारी आनंद कां पड़ दे नाम दियों, साडा धर्म नाल प्यार है, धर्मियां नाल प्यार है, जेड़े नाम जपन सिमरन गुरु की संगत तुहानू जे सद्दा दईए ना स्कूल वालियां नूं ते भज्जे आया करो, कि नाले तां खड़ा खीरा खवाउणे आ, नाले प्रशादा छकाउणे आ, नाले होर भी सरोपे बस्त्र भी दे रही ने, ते फिर इहदे ते इहदे विच आ के तुहानू मनोरंजन बड़ा आनंद भी मिलता है, रस भी मिलता है, इस करके ये सब आके इतने बैठना चाहिए संगत दे विच। अज अज विपता की दुख की घड़ी विच तुहाडे स्कूल कॉलेज बंद बंद होया, कि गुरु का जन्मदिन है तां छुट्टी है, गुरु नानक साहब का गुरपुरब है तां तां छुट्टियां हुई ने 15वीं, जां रामचंद्र कृष्ण भगवान आए तां वह दुनिया के आफत आ गई तां छुट्टियां हुई ने, गुरुआं दे गुरपुरब होण ते जरूर छुट्टी करके आनंद लवो, बाणी पढ़ो, नाम जपो, अज दुख दर्द आफत आई तुहानू तां नाम जपना चाहिए, गुरु नूं चेते करना चाहिए, कि जे इहो जी बीमारी स्कूलां कालजां च फैल गई ते फिर तुसीं स्कूलां च पढ़ लोगे, बीए एमए डिग्रियां कर लोगे, नौकरियां कर लोगे, कठ विच किते चले जाओगे, फिर तां उह इही हाल होएगा जिवें अमरीका वालियां ने कहा सारे घरां च बंद, वह अपना रोटी पानी जेल, हर एक का घर ही जेल बन गया, तो फिर की सारे की जिथे बाद ही आफते उथे घर घर जिन्होंने दिसिया चीन वालों ने भी इन्हों बीमारी हो गई है, उन्होंने फड़ फड़ के ज्योदे ही साड़ती भी ये हम बचने तो है नहीं, इन्हों दूजिया ने भी मारन गए, इन्हों भी फूक दो। उन्होंने कई बंदे जेड़े सी जिन्हों बीमारी हुई भी इनका इलाज नहीं, इन नेड़े जावे अपने ते भी लग जाएगी, उन्होंने ज्यों ही फूक दिते, ज्योद्या साड़ता उन्होंने। कलयुग की गुरु साहब ने कहा है कलयुग आ गया है, कलयुग ने यह कोई करना है, कलयुग ने अग्गा लाउणियां है, लड़ाइया पवाउणियां है, कलयुग ने बहुत तबाही मचाउणी है, बस हुण आपां आपदा बचा कर लईए। गुरु साहब कहिंदे तुसीं आपदा बचा कर लो, दुनिया दे विच जो होंदी है संसार दे विच इन्हां दे जो इन्हां कीते आ इन्हां नूं भोगणे पैणे आ। वह कहिंदे तुसीं आपदा नाम जप जप के बाणी पढ़ के अपना आप बचा लो, आपदा रख लो कर, ते गुरु साहब दे चरणां नाल जुड़ो। सारे जिन्हें स्कूल वाले आ, ते दो दिन का ही प्रोग्राम रखिया सी, दूजे दिन फिर तुहाडा हाल वेख के ना कि इन्हां नूं तां बहुत
ਸਕੂਲਾਂ ਦੇ ਜਿਹੜੇ ਬੈਣ ਵਾਲੇ ਵੀ ਨੇ, ਜਿਹੜੇ ਟੀਚਰ ਵੀ ਨੇ, ਜਿਹੜੇ ਬੱਚੇ ਵੀ ਨੇ, ਸਾਰੇ ਫਿਰ ਇਹਨਾਂ ਨੂੰ ਕਿਸੇ ਹੁਣ ਦੂਜੇ ਢੰਗ ਨਾਲ ਕਰਾਂਗੇ ਅਸੀਂ ਸਖ਼ਤ ਕਿਸੇ ਹਿਸਾਬ ਨਾਲ ਕਿ ਜਿਹੜੇ ਵਿੱਚ ਇਹਨਾਂ ਨੂੰ ਇਹਨਾਂ ਨੇ ਸੰਗਤ ਦੇ ਵਿੱਚ ਆਉਣਾ ਹੈ, ਬੈਠਣਾ ਹੈ, ਨਾਮ ਜਪਣਾ ਹੈ। ਜਿਵੇਂ ਸਕੂਲ ਦੀ ਪੜ੍ਹਾਈ ਬੜੀ ਜ਼ਰੂਰੀ ਹੈ, ਐਵੇਂ ਕਹਿੰਦੇ ਇਸ ਤੋਂ ਇੱਕ ਹੋਰ ਜ਼ਰੂਰੀ ਬੜਾ ਕੰਮ ਹੈ, ਰੋਟੀ ਖਾਣੀ ਜ਼ਰੂਰੀ ਹੈ, ਪੜ੍ਹਾਈ ਕਰਨੀ ਜ਼ਰੂਰੀ ਹੈ। ਕਹਿੰਦੇ ਸਭ ਤੋਂ ਜ਼ਰੂਰੀ ਤਾਂ ਨਾਮ ਜਪਣਾ, ਧਰਮ ਰੱਖਣਾ ਸਭ ਤੋਂ ਜ਼ਰੂਰੀ। ਨਾ ਪੜ੍ਹਾਈ ਕਰੋਗੇ ਤੁਹਾਡਾ ਸਰ ਜਾਏਗਾ, ਭੁੱਖੇ ਦਿਨ ਕੱਢ ਲਓਗੇ ਸਰ ਜਾਓਗੇ ਸਰ ਜਾਏਗਾ। ਜੇ ਨਾਮ ਨਾ ਜਪਿਆ ਗੁਰੂ ਦੇ ਨਾਲ ਨਾ ਲੱਗੇ ਤੇ ਤੁਸੀਂ ਜਨਮ ਜਨਮ ਲਈ ਮਰ ਜਾਵੋਗੇ। ਜਨਮਾਂ ਜਨਮਾਂ ਦੀਆਂ ਬਿਪਤਾਂ, ਜਨਮਾਂ ਜਨਮਾਂ ਦੇ ਦੁੱਖ, ਤਾਂ ਆਪਾਂ ਗੁਰੂ ਦੀ ਸ਼ਰਨ ਆਏ ਹਾਂ, ਗੁਰੂ ਦੇ ਲੜ ਲੱਗੇ ਹਾਂ। ਤੇ ਸਮਾਂ ਅਸੀਂ ਪਹਿਲਾਂ ਵੀ ਤੁਹਾਡੇ ਇੱਥੇ ਲਾ ਰਿਹਾ ਸੀ, ਮੈਂ ਕਿਹਾ ਟੀਵੀ ਚਲਾ ਦਿਓ ਸੰਗਤਾਂ ਦੇ ਵਿੱਚ, ਉੱਥੇ ਟਾਈਮ ਲਾਇਆ, ਇੱਥੇ ਵੀ ਨਾਲ ਲੱਗ ਗਿਆ। ਸੁਖਮਨੀ ਵਾਲੀ ਜਦੋਂ ਪ੍ਰੋਗਰਾਮ ਕਰੀਏ ਇਹਨਾਂ ਨੂੰ ਕਿਹਾ ਵੀ ਪਹਿਲੋਂ ਆਇਆ ਕਰੋ, ਇਹ ਤਾਂ ਪੁੱਛੋ। ਪਹਿਲੋਂ ਪ੍ਰੋਗਰਾਮ ਰੱਖਿਆ ਸੇਮੀ ਸੇਮੀ ਵਾਲੇ ਨੇ, ਤੇ ਮੈਂ ਖੈਰ ਚੰਗੀ 30-40 ਸਿੰਘ ਅੰਦਰ ਲੱਗੇ ਪਹਾੜ 'ਚ, ਤੇ ਨਾਲ ਬਾਹਰ ਵੀ ਉਹਨਾਂ ਨੇ ਸੇਵਾ ਵਾਹਵਾ ਕੀਤੀ ਜਿੰਨੀ ਵੱਧ ਤੋਂ ਵੱਧ। ਫਿਰ ਮੈਂ ਕਿਹਾ ਵੀ ਇੱਕ ਅੱਧਾ ਪੁੱਛੋ ਰੱਖ ਕੇ ਪ੍ਰੋਗਰਾਮ ਵੇਖ ਲਓ ਕੀ ਕਰਦੇ ਆ। ਇਹ ਤਾਂ ਜਦੋਂ ਪੁੱਛੋ ਆਪਾਂ ਪ੍ਰੋਗਰਾਮ ਰੱਖਿਆ ਤੇ ਲੰਗਰ ਹੀ ਛੱਡ ਕੇ ਭੱਜ ਗਏ, ਇਹਨਾਂ ਪ੍ਰਸ਼ਾਦਾ ਵੀ ਨਹੀਂ ਤਿਆਰ ਕੀਤਾ। ਉਹ ਮੈਂ ਕਿਹਾ ਸੇਮੇ ਵਾਲਿਆਂ ਨੂੰ ਕਿਹਾ ਤੁਸੀਂ ਆਓ, ਤੇ ਰਾਤ ਦਾ ਪ੍ਰੋਗਰਾਮ ਰੱਖਿਆ ਤੇ ਸੁਖਮਨੀ ਵਾਲੇ ਵੀ ਹੋਣੀ ਮੇਰੇ ਖਿਆਲ ਸਾਡੇ ਨਾਲ ਹੀ, ਇਹਨਾਂ ਦਰਸ਼ਨ ਦਿੱਤੇ ਆ, ਇਹ ਵੀ ਕੀਰਤਨ ਜੀ ਨਹੀਂ ਬੜੇ। ਮੈਂ ਕਿਹਾ ਵੀ ਇੱਕ ਅੱਧਾ ਦਿਨ ਕੱਢ ਦਿਆ ਕਰੋ ਜਦੋਂ ਕੋਈ ਪ੍ਰੋਗਰਾਮ ਰੱਖ ਲਏ। ਬਾਬੇ ਮਹਾਨਾਮ ਸਿੰਘ ਨੇ ਜਨਮ ਲੈ ਕੇ ਤੁਹਾਡੇ ਜਨਮ ਸਵਾਰ ਦੇ ਤੇ ਉਹਨਾਂ ਦਾ ਜਨਮ ਦੁਹਾੜਾ, ਤੇ ਤੁਹਾਨੂੰ ਤੁਸੀਂ ਆਪਣੇ ਘਰਾਂ 'ਚ ਹੀ ਬੜੇ ਹੋਏ ਜੀ। ਛੱਡ ਕੇ ਆਪਣੇ ਇੱਕ ਵੈਰ ਸਵਾਈ ਛੱਡ ਦਿਓ, ਲੰਗਰਾਂ ਦੀ ਸੇਵਾ ਕਰ ਲਓ। ਸਾਰੇ ਛੁੱਟੀਆਂ ਲੈ ਕੇ ਭੱਜ ਗਏ। ਮੈਂ ਜਥੇਦਾਰ ਨੂੰ ਲੰਗਰਾਂ ਨੂੰ ਮੈਂ ਕਿਹਾ ਵੀ ਸੰਗਤ ਨੇ ਆਉਣੀ, ਪ੍ਰਸ਼ਾਦਾ ਪਾਣੀ ਕੋਈ ਕੀ ਤਿਆਰ ਕੀਤਾ ਜੀ? ਉਹ ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ। ਮੈਂ ਕਿਹਾ ਪਤਾ ਦੇ ਗਿਆ ਸਾਰਿਆਂ ਨੂੰ ਵੀ ਅੱਜ ਦਾ ਪ੍ਰੋਗਰਾਮ ਇੱਥੇ ਆ, ਕੱਲ੍ਹ ਅਨਾਊਂਸਮੈਂਟ ਕੀਤਾ, ਸਵੇਰੇ ਟੀਵੀ 'ਤੇ ਚੱਲਿਆ, ਦੱਸਿਆ ਵੀ ਸਭ ਨੂੰ। ਇਹ ਪੁੱਛੋ ਵਾਲੇ ਇਸ ਕੰਮ ਦੇ ਵਿੱਚ ਢਿੱਲੇ ਚੱਲਦੇ ਨੇ, ਕਾਫ਼ੀ ਇੱਥੋਂ ਜਾਂਦੀ ਨਾ ਸੇਮੇ ਨੂੰ ਸੜਕ, ਇਹਨਾਂ ਨੇ ਸਾਰੀ ਸੜਕ ਹੀ ਤੋੜਤੀ ਬਾਬਾ ਜੀ ਜਨਮ 'ਤੇ। ਬਣਾਉਣੀ ਤਾਂ ਕੀ ਸੀ, ਜਿੰਨੇ ਖੇਤਾਂ ਵਾਲੇ ਪਾਸੇ ਵਾਲੇ ਨਾ ਪਾ ਪਾ ਕੇ ਵੱਟਾਂ 'ਤੇ ਪਾਣੀ ਖੜ੍ਹਾ ਕਰਕੇ ਸਾਰੀ ਸੜਕ 'ਤੇ। ਮੈਂ ਕਿਹਾ ਤੁਸੀਂ ਸਾਡਾ ਰਾਹ ਤੋੜ 'ਤੇ ਭੰਨ ਦਿੱਤਾ, ਤੁਹਾਡੇ ਰਾਹ ਕਿੱਥੋਂ ਸੌਣਗੇ? ਅਸੀਂ ਸਾਰੇ ਰਸਤੇ ਵਿੱਚ ਬੂਟੇ ਲਾਏ, ਇਹਨਾਂ ਖੇਤਾਂ ਵਾਲਿਆਂ ਨੇ ਬੂਟੇ ਮਰੋੜ 'ਤੇ ਗਈਆਂ ਨੇ, ਪੜਦੇ ਵੀ ਸਾਡਾ ਕੀ ਪਤਾ ਨਹੀਂ ਕੋਈ ਨੁਕਸਾਨ ਹੋਏਗਾ। ਮੈਂ ਕਿਹਾ ਦੇਖ ਲਓ ਇਹ ਬੂਟੇ ਪੱਟਣ ਵਾਲਿਆਂ ਦਾ ਹਾਲ ਕੀ ਹੁੰਦਾ ਹੁੰਦਾ, ਜਿੰਨਾ ਰੱਖੇ ਉਹਨਾਂ ਦੇ ਬੂਟੇ ਵਧਣੇ ਵੀ, ਤੇ ਜਿਹੜੇ ਪੱਟਣਗੇ ਉਹਨਾਂ ਦਾ ਕੀ ਬਣੇਗਾ? ਜਿਹੜੇ ਬਾਬਾ ਜੀ ਦੇ ਘਰ ਦੀ ਸੜਕ ਦੀ ਤੋੜ ਕੇ ਤੁਸੀਂ ਸੜਕ ਹੀ ਤੋੜੀ ਜਾਂਦੇ ਜੇ, ਹੋਰ ਤੁਸੀਂ ਬਣਾ ਨਹੀਂ ਸਕਦੇ। ਇਹ ਸਾਨੂੰ ਕਰਨੇ ਪੈਣੇ ਪ੍ਰੋ ਬਾਬਾ ਜੀ ਦੀ ਇੰਨੀ ਵੱਡੀ ਕਿਰਪਾ ਹੈ, ਇੰਨੀ ਵੱਡੀ ਮਿਹਰ ਹੈ, ਉਹਨਾਂ ਨੇ ਇੰਨਾ ਵੱਡਾ ਸਾਡਾ ਜਨਮ ਸਵਾਰਿਆ ਹੈ। ਕੁੱਲ ਸਵਾਰੀ ਹੈ ਸਾਡੇ ਪਿੰਡ ਦੇ, ਇੰਨਾ ਨਾਂ ਉੱਚਾ ਹੋਇਆ ਹੈ। ਘਰ ਵਿੱਚ ਸਤਸੰਗ ਕਥਾ ਕੀਰਤਨ ਹੁੰਦਾ ਹੈ ਤੇ ਜ਼ਰੂਰ ਜਾ ਕੇ ਬੈਠ ਹੀ ਜਾਓ, ਸੇਵਾ ਕਰ ਲਓ, ਸਾਧ ਸੰਗਤ ਦੀ ਆਈ ਗਈ ਦੀ ਸੇਵਾ ਕਰ ਲਓ। ਤੇ ਸਾਰੇ ਇੰਨਾ ਪੁੱਛੋ ਵਾਲੇ ਗੁਰਮੁਖ ਪਿਆਰਿਆਂ ਨੂੰ ਭਾਈ, ਥੋੜ੍ਹਾ ਜਿਹਾ ਇਹੋ ਜਿਹੇ ਸਮਿਆਂ ਵਿੱਚ ਸਮਾਗਮਾਂ ਵਿੱਚ ਜਦੋਂ ਮਾਂ ਸੰਪੜ ਪਾਠ ਰੱਖੀ ਦੇ ਤਾਂ ਫਿਰ ਲੋਕ ਜਾਂਦੇ ਸਾਰੇ, ਇਹਨਾਂ 'ਚ ਫਿਰ ਕੋਈ ਲੱਗਦਾ ਨਹੀਂ ਕਿ ਬਾਬਿਆਂ ਨੇ 20-25 ਦਿਨ ਅੰਦਰ ਹੀ ਬੰਦ ਕਰ ਦੇਣਾ, ਪਤਾ ਨਹੀਂ ਕੀ ਉੱਥੇ ਕੀ ਹਾਲ ਹੋ ਜਾਏਗਾ ਸਾਡਾ, ਸ਼ਾਇਦ ਸਾਹ ਹੀ ਨਾ ਮੁੱਕ ਜਾਵੇ ਅੰਦਰ ਹੀ। ਜਿੱਥੇ ਜਪਣਾ ਨਾਮ ਬਾਣੀ ਪੜ੍ਹਨੀ ਹੈ, ਅੰਦਰ ਤੋਂ ਡਰਦੇ ਆ, ਪਹਿਰੇ 'ਤੇ ਲੱਗਣ ਤੋਂ ਇੱਥੇ ਡਰਦੇ ਆ, 20 ਦਿਨ ਇੱਕ ਰਾਤ ਰਹਿਣ ਸਭਾਈ ਤੋਂ ਡਰਦੇ ਆ, ਅਤੇ ਸਿੱਖੇ ਆਪਾਂ ਕੀ ਹੈ? ਜੇ ਸਾਰਾ ਦਿਨ ਲੰਗਰ 'ਚ ਸੇਵਾ ਕੀਤੀ ਕੀ ਸਿੱਖਿਆ ਹੈ? ਜੇ ਪਹਿਰੇ ਦਿੱਤੇ ਕੀ ਸਿੱਖਿਆ ਹੈ? ਡਾਲੀ ਲਿਆਂਦੀ ਕੀ ਸਿੱਖਿਆ ਹੈ? ਸੁਖਮਣੀ ਵਿੱਚ ਆਏ ਕੀ ਸਿੱਖਿਆ ਹੈ? ਕੀ ਸੁਖਮਣੀ ਪੜ੍ਹਦੇ ਆ ਤੁਹਾਨੂੰ ਪਤਾ ਲੱਗਦਾ ਸੁਖਮਣੀ ਕੀ ਕਹਿੰਦੀ ਹੈ? ਕਿ ਸੰਗਤ ਕਰੋ, ਨਾਮ ਜਪੋ, ਜਿਸ ਵੱਖਰ ਕੋਲ ਲੈਣ, ਸੁਖਮਣੀ ਕੀ ਕਹਿ ਰਹੀ ਹੈ? ਉਹਨੂੰ ਪੜ੍ਹੀ ਤਾਂ ਜਾਂਦੇ, ਜੇ ਦੋ ਦੋ ਪੰਕਤੀਆਂ ਪੜ੍ਹਨ ਦਾ ਪਤਾ ਹੈ ਤੁਹਾਨੂੰ, ਦੋ ਮੈਂ ਪੜ੍ਹਨੀਆਂ, ਦੋ ਉਹਨੇ ਪੜ੍ਹਨੀਆਂ, ਸਵੇਰੇ ਆ ਕੇ ਪੜ੍ਹ ਲੈਣੀਆਂ, ਇਹਦੇ ਵਿੱਚ ਕੀ ਹੈ? ਜੇ ਤੁਸੀਂ ਵਿੱਚ ਵਾਲੀ ਗੱਲ ਪੜ੍ਹੋਗੇ ਤਾਂ ਤੁਹਾਡੇ ਵਿੱਚ ਵਾਲੀ ਗੱਲ ਬਣਨੀ ਹੈ, ਜੇ ਵਿੱਚ ਵਾਲੀ ਗੱਲ ਨਹੀਂ ਸੁਣੋਗੇ ਨਹੀਂ ਪੜ੍ਹੋਗੇ, ਹੇਕਾਂ ਲਾ ਲਓ ਵਾਰੀ ਵਾਰੀ, ਇੱਕ ਹੇਕ ਬੀਬੀਆਂ ਦੀ, ਇੱਕ ਭਾਈਆਂ ਦੀ ਕਰ ਲਓ। ਸੁਖਮਣੀ ਭਾਈ ਵਿਚਲੀ ਗੱਲ ਤਾਂ ਪੜ੍ਹੋ,
ਉਹ ਵਿੱਚ ਕੀ ਕਹਿੰਦੇ ਆ, ਚਰਨ ਸਾਧ ਕੇ ਧੋਏ ਤੇ ਪੀਓ, ਅਰ ਪ੍ਰਸਾਦ ਕੋ ਆਪਣਾ ਜੀਓ। ਉਹ ਵਿੱਚ ਕੀ ਕਹਿੰਦੇ ਆ, ਮਨ ਮੇਰੇ ਤਿਣਕੀ ਓਟ ਲੈ, ਮਨ ਤਨ ਆਪਣਾ ਤਿੰਨ ਜਣ ਦੇ, ਤਿਸ ਜਣ ਕੇ ਪੂਜੋ ਸਤ ਪੈਰ। ਵਿੱਚ ਕੀ ਕਹਿੰਦੇ ਆ, ਸਾਜਨ ਸੰਤ ਕਰੋ ਇਹ ਕਾਮ ਆਨ, ਤਿਆਗ ਜਪੋ ਹਰ ਨਾਮ, ਸਭ ਕੁਝ ਤਿਆਗ ਦਿਓ ਨਾਮ ਜਪੋ, ਸਿਮਰ 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 ਸੁਖ ਪਾਵੋ, ਆਪ ਜਪੋ ਅਵਰੇ ਨਾਮ ਜਾਪੋ। ਵਿੱਚ ਤਾਂ ਇਹ ਕਹਿੰਦੇ ਆ, ਵਿੱਚ ਉਹ ਕਹਿੰਦੇ ਬੈਠ ਸਾਰੀ ਰਾਤ ਸੁਣ ਕੀਰਤਨ ਗੁਣ ਗਾ ਪਰਮੇਸ਼ਰ ਦੇ। ਜੇ ਤੇਰੇ ਘਰ ਵਿੱਚ ਇਹ ਪ੍ਰੋਗਰਾਮ ਏ ਤੇ ਤੂੰ ਘਰ ਵਿੱਚ ਨਹੀਂ ਸੰਭਾਲੇਗਾ ਤੇ ਬਾਹਰ ਕਿੱਥੇ ਜਾਏਗਾ? ਹਜ਼ੂਰ ਸਾਹਿਬ ਨੂੰ ਭੱਜੇਗਾ, ਅੰਮ੍ਰਿਤਸਰ ਨੂੰ ਭੱਜੇਗਾ, ਹੋ ਉੱਥੇ ਜਾ ਕੇ ਭੱਜ ਕੇ ਗੁਰੂ ਸਾਹਿਬ ਤੇਰੀ ਕੀ ਸੁਣਨਗੇ? ਤੂੰ ਘਰ ਵਿੱਚ ਨਹੀਂ ਕੁਝ ਕੀਤਾ, ਉਹ ਤਾਂ ਦਾਤਾਂ ਦੇਣਗੇ ਜੇ ਤੇਰੇ ਪੱਲੇ ਕੁਝ ਹੋਏਗਾ। ਬਹੀਰਾ ਘੱਤ ਕੇ ਜਿੱਥੇ ਮਰਜ਼ੀ ਚਲੇ ਜਾਓ, ਗੁਰੂ ਸਾਹਿਬ ਨੇ ਤਾਂ ਸੁਣੀ ਜੇ ਤੁਸੀਂ ਸਿੱਖੀ ਰੱਖਦੇ, ਜੇ ਆਪਦੇ ਗੁਰੂ ਘਰ ਵਿੱਚ ਸੇਵਾ ਕਰਦੇ, ਜੇ ਆਪਦਾ ਨਿਤਨੇਮ ਕਰਦੇ, ਜੇ ਆਪਦਾ ਦਸਵੰਦ ਕਰਦੇ, ਜੇ ਆਪਦੀ ਕਿਰਤ ਕਰਦੇ, ਤਾਂ ਗੁਰੂਆਂ ਨੇ ਰੰਗ ਪਾਖ ਲਾਉਣੇ ਆ, ਫਿਰ ਤੁਹਾਡੀਆਂ ਯਾਤਰਾ ਸਫਲ ਨੇ, ਫਿਰ ਦਰਸ਼ਨ ਕੀਤੇ ਸਫਲ ਏ। ਗੁਰੂ ਸਾਹਿਬ ਦੇ ਬਚਨ ਕਮਾਓ ਸੰਗਤ ਵਿੱਚ, ਦੂਰੋਂ ਦੂਰੋਂ ਪ੍ਰਦੇਸਾਂ ਚੋਂ ਆ, ਦੂਰੋਂ ਦੂਰੋਂ ਸੰਗਤਾਂ ਆਣ ਕੇ ਸਾਰੀ ਰਾਤ ਬੈਠਦੀਆਂ, ਤੇ ਜੇ ਪੁੱਛੋ ਅਸੀਂ ਖੜੇ ਕਰ ਲੈਣਾ ਤੇ ਸੁਖਮਣੀ ਵਾਲੀ ਨਿਕਲਦੇ ਪੰਜ ਸੱਤ, ਕੋਈ ਹੋਰ ਇਹਨਾਂ ਚੋਂ ਨਿਕਲਣਾ ਨਹੀਂ। ਵੀ ਪੁੱਛੋ ਵਾਲਿਆਂ ਨੇ ਰਹਿਣ ਸਫਾਈ ਰਾਤ ਬਹਿ ਕੇ ਸੁਣੀ ਹੋਵੇ, ਕੋਈ ਸਕੂਲ ਵਾਲੇ ਬੱਚੇ ਹੋਣਗੇ ਥੋੜੇ ਬਹੁਤੇ, ਬਾਕੀ ਪੂਰਾ ਨਗਰ ਏ, ਕੰਧਾਂ ਦੇ ਨਾਲ ਕੰਧਾਂ ਸਾਂਝੀਆਂ ਡੇਰੇ ਨਾਲ, ਕਈਆਂ ਨੂੰ ਪਤਾ ਹੀ ਨਹੀਂ ਆਉਣ ਦਾ ਇੱਥੇ। ਐਡੇ ਵੱਡੇ ਸੱਚਖੰਡ ਦਰਗਾਹ, ਕਹਿੰਦੇ ਬਾਬਾ ਹਰਨਾਮ ਸਿੰਘ ਜੀ ਹਰੀ ਸੀ, ਰੱਬ ਸੀ। ਬਾਬੇ ਹਰਨਾਮ ਸਿੰਘ ਦਾ ਡੇਰਾ ਜਿਹੜਾ ਰੱਬ ਦਾ ਨਿਰੰਕਾਰ ਦਾ ਘਰ ਏ, ਕੰਧ ਨਾਲ ਕੰਧ ਸਾਂਝੀਏ ਤੇ ਪਤਾ ਹੀ ਨਹੀਂ ਕਈਆਂ ਨੂੰ। ਸ਼ਰਾਬਾਂ ਵੀ ਕਈ ਪੀਂਦੇ ਆ, ਲੜਾਈਆਂ ਵੀ ਕਰਦੇ ਆ, ਮਾਸ ਵੀ ਖਾਂਦੇ ਆ, ਪਿੰਡ ਚ ਵੀ ਰਹਿੰਦੇ ਆ। ਸੇਵਾ ਕਰਨ ਨੂੰ ਜਿੱਥੇ ਜਗ੍ਹਾ ਮਿਲੇ, ਜਿੱਥੇ ਥਾਂ ਮਿਲੇ, ਆਣ ਕੇ ਲੰਗਰਾਂ ਚ ਸੇਵਾ ਕਰ ਲਓ, ਇੱਥੇ ਬਹਿ ਜਾਓ, ਬਾਹਰ ਬੈਠ ਜਾਓ, ਜਿੱਥੇ ਵੀ ਬਹਿ ਕੇ ਸੇਵਾ ਕਰੋਗੇ ਬਾਬਾ ਜੀ ਤੁਹਾਨੂੰ ਦਾਤਾਂ ਦੇਣਗੇ। ਤੇ ਜੇ ਉਹ ਨਹੀਂ ਤੁਸੀਂ ਆ ਰਹੇ ਬੈਠ ਰਹੇ, ਕਹਿੰਦੇ ਰਾਤ ਕਥੂਰੀ ਵੰਡੀਏ ਸੁੱਤਿਆਂ ਮਿਲੇ ਨਾ ਪਾਓ, ਇਹ ਕਸਤੂਰੀ ਗੁਰੂ ਸਾਹਿਬ ਰਾਤ ਨੂੰ ਮੜਦੇ ਆ, ਸੁੱਤਿਆਂ ਨੂੰ ਨਹੀਂ ਮਿਲਦੀ। ਸੁਖਮਣੀ ਦਾ ਫਲ ਲੈ ਲਓ, ਜਿਹੜੀ ਸੁਖਮਣੀ ਕਰਦੇ ਜੀ, ਜਿਹੜੀ ਤੁਸੀਂ ਸੁਖਮਣੀ ਕਰਦੇ ਜੀ ਨਾ ਰੋਜ਼, ਉਹਦਾ ਫਲ ਵੰਡਿਆ ਜਾ ਰਿਹਾ, ਉਹ ਲਓ ਆਣ ਕੇ, ਇਹ ਉਹਦਾ ਫਲ ਏ। ਜਿਹੜੀ ਆਪਾਂ ਰਹਿਣ ਸਵਾਈਆਂ ਦੇ ਕੀਰਤਨ ਪ੍ਰੋਗਰਾਮ, ਮਹਾਂਪੁਰਸ਼ਾਂ ਨੇ ਬੀਜ ਬੀਜਿਆ ਇੱਥੇ ਅੰਮ੍ਰਿਤ ਵੇਲੇ ਦਾ, ਛੱਟੇ ਦਾ, ਸੁਖਮਣੀ ਸਾਹਿਬ ਦਾ ਪਾਠ ਸੰਗਤਾਂ ਕਰਦੀਆਂ, ਇਹ ਤੁਹਾਡੀ ਕਮਾਈ ਨੂੰ ਚਾਰ ਚੰਨ ਲੱਗੇ ਆ। ਜਿਹੜੇ ਆਣ ਕੇ ਪਹਿਰੇ ਦਿੰਦੇ ਆ, ਡਿਊਟੀਆਂ ਦਿੰਦੇ ਆ, ਕਮਾਈ ਨੂੰ ਚਾਰ ਚੰਨ ਲੱਗੇ ਆ। ਤੇ ਇਹ ਨਾ ਹੋਵੇ ਕਿ ਫਲ, ਮਿਹਨਤ ਤੁਸੀਂ ਕੀਤੀ, ਬੀਜ ਤੁਸੀਂ ਪਾਇਆ, ਤੇ ਫਲ ਲੋਕਾਂ ਨੇ ਬਾਹਰੋਂ ਬਾਹਰ ਵੱਢ ਕੇ ਲੈ ਜਾਣੇ ਆ, ਤੇ ਪੁੱਛੋ ਵਾਲੇ ਫਿਰ ਦੁਬਾਰਾ ਫਿਰ ਤੁਸੀਂ ਬੀਜੀ ਜਾਇਓ। ਇਹ ਬੀਜ ਬੀਜੇ ਤੇ ਫਲ ਵੀ ਵੱਢੋ, ਨਾਲ ਆਣ ਕੇ ਫਲ ਵੀ ਲਓ। ਸਾਧ ਸੰਗਤ ਦੇ ਵਿੱਚ ਫਲ ਵੰਡੇ ਜਾਂਦੇ ਆ, ਸਾਧ ਸੰਗਤ ਵਿੱਚ ਫਲ ਲੱਗਦਾ। ਦਰਬਾਰ ਵਿੱਚ ਹੁਣ ਅੰਮ੍ਰਿਤ ਵੇਲਾ ਹੈ ਤੇ ਸੰਗਤਾਂ ਪਾਠ ਕਰਨਗੀਆਂ, ਤੇ ਪ੍ਰਸ਼ਾਦ ਹੁਣ ਭਾਈ ਆਪਾਂ ਸੁਖਮਣੀ ਤੋਂ ਬਾਅਦ ਹੀ ਦੇਣਾ, ਹੁਣ ਇਹਦਾ ਤੁਸੀਂ ਭੱਜ ਜਾਣਾ ਸਾਰਿਆਂ ਨੇ, ਵੀ ਹੁਣ ਬਸ ਸਮਾਪਤੀ ਹੋ ਗਈ, ਹੁਣ ਨੱਠ ਜਾਓ। ਹੁਣ ਇੰਨਾ ਕੋਈ ਜਿਹਨੇ ਸਰੋਵਰ ਤੱਕ ਜਾਣਾ ਜਾਇਓ, ਜਿਹਨੇ ਲੰਗਰ 'ਚ ਚਾਹ ਪੀਣੀ ਪੀਓ, ਪ੍ਰਸ਼ਾਦ ਜਿਹਨੇ ਕੋਈ ਛਕਣਾ ਛਾ ਗਏ, ਜਿਵੇਂ ਮਰਜ਼ੀ ਘੁੰਮ ਫਿਰ ਆਓ, ਤੇ ਆਣ ਕੇ ਸੁਖਮਣੀ ਦੇ ਵਿੱਚ ਫਿਰ ਆਣ ਕੇ ਇੱਥੋਂ ਹੀ ਸੁਣ ਲਿਆ ਜੀ ਸਾਰਾ ਕੁਝ, ਤੇ ਇੱਥੇ ਪ੍ਰਸ਼ਾਦ ਸੰਗਤਾਂ ਨੂੰ ਸਾਰਾ ਲੰਗਰ ਦੇ ਵਿੱਚ ਵੰਡਿਆ ਜਾਏਗਾ ਸਾਰੀਆਂ ਸੰਗਤਾਂ ਨੂੰ। ਜੀ ਆਇਆ, ਆਉਣ ਵਾਲੀ ਰਾਤ ਬਾਰੇ ਜੇ ਕੋਈ ਪਤਾ ਨਹੀਂ, ਜਿਵੇਂ ਗੁਰਸਾਹਿਬ ਕਰਨਗੇ, ਪ੍ਰੋਗਰਾਮ ਤਾਂ ਹੈਗਾ ਏ ਅੱਜ ਦੀ ਰਾਤ ਦਾ, ਜਿਹੜੀ ਰਾਤ ਦੀ ਰਹਿਣ ਸਫਾਈ ਦਾ, ਜਿਵੇਂ ਗੁਰਸਾਹਿਬ ਦੀ ਰਜਾ ਹੋਈ, ਤੁਹਾਡੇ ਪਿਆਰ ਪ੍ਰੇਮ ਦੇ ਸਦਕਾ ਸਕੂਲ ਵਾਲੇ ਤਾਂ ਹੋਣਾ ਪ੍ਰੋਗਰਾਮ ਜੇ ਹੋਏਗਾ। ਤੇ ਹੁਣ ਸਾਰੀ ਸੰਗਤਾਂ ਪਾਠ ਸ਼ੁਰੂ ਕਰ ਲਓ, ਸਪੀਕਰ ਲਾ ਦਿਓ ਇੱਧਰ ਸ਼੍ਰੋਮਣੀ ਵਾਲੇ ਅੱਗੇ, ਤੇ ਧਾਰਨਾ ਗਾਵੋ ਸੱਚੀ ਬਾਣੀ ਆਵੋ ਸਿੱਖੋ, ਅੱਗੇ ਨੂੰ ਹੋ ਜਾਓ, ਅੱਗੇ ਹੋ ਜਾਓ। ਸੱਚੀ ਬਾਣੀ ਆਵੋ ਗਾਵੋ ਸੱਚੀ ਬਾਣੀ ਆਵੋ ਉੱਠ ਜਾ।
जाग सवेरे जी मना तेरे नाम जपण दा उठ जाग सवेरे सुखमणी आले पै जो कोई करन नसीबां वाले सत संग दो बाकी चाह पानी छक सन जो प्रसाद पानी छक इनान करना इनान कर सत संग कोई कारण